ਸਤਿ ਸ਼੍ਰੀ ਅਕਾਲ ਜੀ, ਕਲੀਅਰ ਕਲੋਥ ਹਾਊਸ ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਜੇ ਤੁਸੀਂ ਸਾਡਾ ਚੈਨਲ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ, ਕਿਉਂਕਿ ਅਸੀਂ ਬਹੁਤ ਹੀ ਜੈਨੂਅਨ ਪ੍ਰਾਈਸ ਤੇ ਤੁਹਾਡੇ ਲਈ ਬਹੁਤ ਖੂਬਸੂਰਤ ਆਈਟਮਾਂ ਲੈ ਕੇ ਆਉਂਦੇ ਹਾਂ। ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਹੈ ਗਰਮੀਆਂ ਦਾ ਹੀ ਮਟੀਰੀਅਲ ਹੈ ਤੇ ਇਹ ਜਿਹੜਾ ਤੁਹਾਨੂੰ ਸੂਟ ਖੋਲ ਰਹੀ ਹਾਂ ਮੈਂ, ਇਹਨੂੰ ਸ਼ਰਟ ਨੂੰ ਗੰਗਾ ਬੇਸ ਲੱਗਿਆ ਹੋਇਆ, ਬੁਟੀਕ ਸੂਟਸ ਨੇ, ਹਾਂ ਬੁਟੀਕ ਦੇ ਤਿਆਰ ਹੋ ਕੇ ਆਏ ਨੇ ਸੂਟ, ਇਹ ਗੰਗਾ ਬੇਸ ਲੱਗਿਆ ਹੋਇਆ ਇਹਨਾਂ ਨੂੰ, ਤੁਹਾਨੂੰ ਸਟੈਂਪ ਨਾਲ ਮਿਲੂਗੀ। ਸ਼ਰਟ ਨੂੰ ਗੰਗਾ ਦਾ ਬੇਸ ਲੱਗਿਆ ਤੇ ਨਾਲ ਇਹਦੇ ਉੱਤੇ ਪ੍ਰਿੰਟਿੰਗ ਬਹੁਤ ਪਿਆਰੀ ਹੈ, ਬਹੁਤ ਹੀ ਪਿਆਰੀ। ਕਲਰ ਤੁਹਾਡੇ ਕੋਲੇ ਆਲਮੋਸਟ ਸੇਮ ਹੀ ਆ ਰਿਹਾ ਹੈ, ਸੇਮ ਕਲਰ ਆ ਰਿਹਾ ਤੇ ਉਹਦੇ ਉੱਪਰ ਔਰਗੈਂਜ਼ਾ ਲਗਾ ਕੇ ਫਿਰ ਵਰਕ ਕੀਤਾ ਹੋਇਆ ਹੈ, ਬਹੁਤ ਪਿਆਰੀ ਲੁੱਕ ਦਾ ਸੂਟ ਤਿਆਰ। ਨਾਲ ਇਹਦੇ ਵਿੱਚ ਮਿਰਰ ਹੈ, ਠੀਕ ਹੈ ਜੀ। ਤੇ ਫਰੰਟ ਦੇ ਉੱਤੇ ਸਾਰੇ ਦੇ ਉੱਤੇ ਖਿੜਵੇ ਖਿੜਵੇ ਜੇ ਬਿਖਰਵੇ ਬਿਖਰਵੇ ਫਲਾਰ ਹੈ ਤੇ ਨਾਲ ਤੁਹਾਨੂੰ ਮਿਲਣਾ ਹੈ ਬਾਰਡਰ। ਬਾਰਡਰ ਦੇ ਉੱਤੇ ਵੀ ਉਵੇਂ ਹੀ ਔਰਗੈਂਜ਼ਾ ਲਾ ਕੇ ਕੰਮ ਹੋਇਆ ਹੋਇਆ ਹੈ। ਇਸ ਸਾਰਿਆਂ ਦੇ ਵਿੱਚ ਨਾ ਐਵੇਂ ਐਵੇਂ ਬਣੇ ਹੋਏ ਡਿਜ਼ਾਈਨ, ਠੀਕ ਹੈ। ਆਹ ਫਲਾਰ ਵੀ ਇੱਦਾਂ ਹੀ ਹੈ, 26 ਤੱਕ ਐਂਡਰੈਂਡ ਵਰਕ ਹੋਇਆ ਹੋਇਆ, 26 ਤੱਕ, ਠੀਕ ਹੈ ਜੀ। ਤੇ ਕੰਮ ਬਹੁਤ ਸਫਾਈ ਨਾਲ ਹੋਇਆ ਹੋਇਆ। ਤੇ ਇਹਦੇ ਨਾਲ ਜਿਹੜਾ ਤੁਹਾਨੂੰ ਸਲਵਾਰ ਪੀਸ ਮਿਲਣਾ ਹੈ ਉਹ ਜਾਮ ਸਿਲਕ ਆਪਣਾ ਫੈਬਰਿਕ ਹੈ, ਰਾਮਟੈਕਸ ਦੀ, ਠੀਕ ਹੈ। ਯਾਨੀ ਕਿ ਦੋਨੋਂ ਹੀ ਜਿਹੜੇ ਪੀਸ ਲੱਗੇ ਹੋਏ ਨੇ ਬ੍ਰੈਂਡਡ ਲੱਗੇ ਹੋਏ ਨੇ, ਗੰਗਾ ਤੇ ਰਾਮਟੈਕਸ ਦੇ ਪੀਸ ਲਾ ਕੇ ਸੂਟ ਤਿਆਰ ਹੋਇਆ ਹੋਇਆ ਬੁਟੀਕ ਤੋਂ। ਤੇ ਨਾਲ ਤੁਹਾਨੂੰ ਇਹਦੇ ਮਿਲਣਾ ਹੈ ਦੁਪੱਟਾ ਮਸਲੀਨ ਕਾਟਨ, ਬਹੁਤ ਹੀ ਪਿਆਰਾ ਫੈਬਰਿਕ ਹੈ, ਬਹੁਤ ਹੀ ਪਿਆਰਾ। ਤੇ ਉਹਦੇ ਉੱਤੇ ਵੀ ਸਟਾਈਲ ਦੇ ਨਾਲ ਕੰਮ ਹੋਇਆ ਹੋਇਆ। ਹਲੋ, ਇਹ ਤੁਹਾਨੂੰ ਮਿਲਣਾ ਹੈ ਇੱਕ ਲੜ ਦੇ ਉੱਤੇ, ਉਹੀ ਸੇਮ ਔਰਗੈਂਜ਼ਾ ਲਾ ਕੇ ਜਿਵੇਂ ਉਹਨਾਂ ਦੇ ਉੱਤੇ ਹੈ, ਠੀਕ ਹੈ। ਤੇ ਇੱਕ ਸਾਈਡ ਤੇ ਤੁਹਾਨੂੰ ਇਹ ਛੋਟਾ ਫੁੱਲ ਮਿਲਣਾ ਹੈ, ਨਾਲ ਸਕੈਲਪਿੰਗ ਹੋਈ ਵੀ ਹੋ, ਤੇ ਨਾਲ ਤੁਹਾਨੂੰ ਇਧਰਲੀ ਸਾਈਡ ਵੀ ਇਹ ਚੀਜ਼ ਮਿਲਣੀ ਹੈ। ਕਲਰ ਤੁਸੀਂ ਡੇ ਲਾਈਟ 'ਚ ਵੀਡੀਓ ਬਣ ਰਹੀ ਹੈ, ਸੇਮ ਕਲਰ ਤੁਸੀਂ ਸੇਮ ਦੇਖ ਰਹੇ ਹੋ, ਠੀਕ ਹੈ। ਇਸ ਤੋਂ ਬੈਟਰ ਹੀ ਆਊਗਾ ਜਿਹੜਾ ਵੀਡੀਓ 'ਚ ਦਿਖ ਰਿਹਾ ਤੁਹਾਨੂੰ, ਕਿਉਂਕਿ ਇੱਥੇ ਲਾਈਟ ਸਾਡੇ ਕੋਲ ਡੇ ਲਾਈਟ 'ਚ ਹੀ ਬਣਾ ਰਹੀਆਂ ਅਸੀਂ, ਲਾਈਟ ਨਹੀਂ ਹੈ ਜੀ। ਠੀਕ ਹੋਈ ਸਾਡੀ ਪ੍ਰਾਈਸ, ਪ੍ਰਾਈਸ ਹੈ ਇਹਦੀ 2075, 2075 ਦੇ ਵਿੱਚ ਇਹ ਖੂਬਸੂਰਤ ਸੂਟ ਤੁਹਾਡੇ ਘਰ ਪਹੁੰਚਣਾ ਹੈ। ਬਹੁਤ ਪਿਆਰਾ ਦੁਪੱਟਾ ਹੋਊਗਾ 2.5 ਮੀਟਰ ਦਾ, ਠੀਕ ਹੈ। ਦੁਪੱਟਾ ਵੀ ਖੁੱਲ੍ਹਾ ਡੁੱਲਾ, ਮੈਂ ਫਿਰ ਖੋਲ੍ਹ ਕੇ ਖੋਲ੍ਹ, ਕਿਉਂਕਿ ਦੁਪੱਟਾ ਪੰਜਾਬ ਦੇ ਵਿੱਚ ਸਾਡੀ ਖਾਸ ਕੰਸਨਟ੍ਰੇਸ਼ਨ ਰਹਿੰਦੀ ਆ, ਖੁੱਲ੍ਹਾ ਡੁੱਲਾ ਦੁਪੱਟਾ, ਠੀਕ ਹੈ। ਅਤੇ ਸਟਾਈਲ ਦੇ ਵਿੱਚ ਰੈਡੀ ਹੋ ਜਾ ਰਿਹਾ। ਇਹਦੇ ਵਿੱਚ ਤੁਹਾਨੂੰ ਅਗਲਾ ਕਲਰ ਦੇਣਾ ਹੈ ਗ੍ਰੇ ਦੇ ਨਾਲ, ਬੋਟਮ ਕਲਰ ਸਭ ਤੋਂ ਸੇਮ ਹੋਊਗਾ, ਠੀਕ ਹੈ। ਅਤੇ ਜਿਹੜਾ ਇਹਦਾ ਸ਼ਰਟ ਪੀਸ ਹੈ ਉਹ ਚੇਂਜ ਹੋ ਕੇ ਤੁਹਾਨੂੰ ਦਿਖਾਉਣੇ, ਕਲਰ ਬੋਟਮ ਦਾ ਕਲਰ ਸਭ ਦਾ ਵਰਕ ਦੇ ਨਾਲ ਦਾ ਹੀ ਹੋਊਗਾ। ਲਓ ਜੀ, ਪੂਰੀ ਗ੍ਰੇਸਫੁੱਲ ਜਿਹਾ ਕੰਮ ਹੋਇਆ ਹੋਇਆ, ਬਿਲਕੁਲ ਡਿਫਰੈਂਟ ਕੋਨਸੈਪਟ ਦੇ ਉੱਤੇ, ਬਹੁਤ ਪਿਆਰਾ, ਬਹੁਤ ਹੀ ਪਿਆਰਾ। ਅਤੇ ਚਾਹੇ ਤੁਸੀਂ ਇਹਨੂੰ ਆਫਿਸ ਵੀਅਰ ਸਮਝੋ, ਚਾਹੇ ਦੇਣ ਲੈਣ 'ਚ ਪਾਓ, ਆਉਣ ਜਾਣ 'ਚ ਪਾਓ, ਚਾਹੇ ਦੇਣ ਲੈਣ 'ਚ ਦੋ, 2075 ਦੇ ਵਿੱਚ। ਲਓ ਜੀ, ਅਤੇ ਨਾਲ ਤੁਹਾਨੂੰ ਮਿਲਣੀ ਹੈ ਇਹਦੇ ਦੁਪੱਟਾ, ਮੈਂ ਇਹਦਾ ਵੀ ਖੋਲ੍ਹ ਕੇ ਦਿਖਾ ਦਿੰਦੀ ਹਾਂ ਤੁਹਾਨੂੰ, ਕਿਉਂਕਿ ਪੂਰਾ ਪੀਸ ਖੁੱਲ੍ਹਦਾ ਹੈ ਤਾਂ ਹੀ ਪਤਾ ਲੱਗਦਾ। ਬੋਟਮ ਦਾ ਪੀਸ ਇਹਨਾਂ ਦਾ 3 ਮੀਟਰ ਦਾ ਹੋਊਗਾ, ਸ਼ਰਟ 2.5 ਦੀ ਹੋਊਗੀ, ਲੈਂਥ ਦਾ ਕੋਈ ਇਸ਼ੂ ਨਹੀਂ ਕਿਉਂਕਿ ਗਲਾ ਨਹੀਂ ਬਣਿਆ ਹੋਇਆ। ਲਓ ਜੀ, ਆਹ ਤੁਹਾਨੂੰ ਮਿਲਣੀ ਹੈ ਬਹੁਤ ਪਿਆਰਾ ਜਿਹਾ ਦੁਪੱਟਾ, ਬਹੁਤ ਹੀ ਪਿਆਰਾ ਜਿਹਾ, ਠੀਕ ਹੈ ਜੀ। ਬਿਲਕੁਲ ਡਿਫਰੈਂਟ ਕੰਸੈਪਟ ਦੇ ਉੱਤੇ ਤਿਆਰ ਹੋਇਆ ਹੋਇਆ ਸੂਟ ਹੈ ਇਹ, ਵੈਰੀ ਬਿਊਟੀਫੁੱਲ, ਠੀਕ ਹੈ। ਪ੍ਰਾਈਸ ਰੇਂਜ 2075। ਅਗਲਾ ਕਲਰ ਸਲਵਾਰ ਦਾ ਪੀਸ ਸੇਮ ਫੈਬਰਿਕ ਦੇ ਵਿੱਚ ਹੋਊਗਾ ਅਤੇ ਸ਼ਰਟ ਦਾ ਕਲਰ ਡਿਫਰੈਂਟ ਹੋਊਗਾ, ਫੈਬਰਿਕ ਸੇਮ ਰਹੂਗਾ, ਸਾਰਿਆਂ ਦਾ ਗੰਗਾ ਦਾ ਹੀ ਹੋਊਗਾ। ਸਲਵਾਰ ਸਭ ਦੀ ਰਾਮਟੈਕਸ ਦੀ, ਸਲਵਾਰ ਸਭ ਦੀ ਰਾਮਟੈਕਸ ਦੀ ਜਾਂ ਸਿਲਕ ਹੋਊਗੀ। ਲਓ ਜੀ, ਬਹੁਤ ਪਿਆਰਾ ਗਾਜਰੀ ਜਿਹਾ ਕਲਰ ਹੈ, ਬਹੁਤ ਹੀ ਪਿਆਰਾ ਜਿਹਾ, ਬੋਲਣ ਨੂੰ ਵੀ ਕੁਛ ਨਹੀਂ ਹੈਗਾ, ਇੰਨਾ ਪਿਆਰਾ ਲੱਗ ਰਿਹਾ ਸੂਟ ਇੰਨਾ। ਆਹ ਜਿਹੜੀ ਚੀਜ਼ ਹੈ ਨਾ ਟਰਾਂਸਪੇਰੈਂਟ, ਜਦੋਂ ਆਪਾਂ ਇਹਨੂੰ ਲਾਈਨਿੰਗ ਥੋੜ੍ਹੀ ਜਿਹੀ ਉੱਚੀ ਰੱਖਾਂਗੇ ਤਾਂ ਇਹਨੇ ਬਹੁਤ ਪਿਆਰੀ ਲੁੱਕ ਦੇਣੀ ਹੈ। ਆਹ ਚੀਜ਼ ਵੀ ਲਾਈਟ ਪੈਂਦੀ ਆ ਤਾਂ ਬਹੁਤ ਅੱਛੇ ਲੱਗਦੇ ਹੁੰਦੇ ਇਹ ਸੂਟ, ਅਤੇ ਨਾਲ ਲਾਈਨਿੰਗ ਵੈਸੇ ਤਾਂ ਭਾਵੇਂ ਨਾ ਵੀ ਲੱਗਦੀ ਫਿਰ ਇਹਦੇ ਕਰਕੇ ਲੱਗੂਗੀ, ਕਿਉਂਕਿ ਇਹ ਟਰਾਂਸਪੇਰੈਂਟ ਹੈ, ਇਹਦੇ ਕਰਕੇ ਲੱਗੂਗੀ। ਤੁਹਾਡਾ ਤੁਸੀਂ ਫਰੰਟ 'ਤੇ ਇਕੱਲੇ ਪਿਲਵਾ ਸਕਦੇ ਹੋ, ਬੈਕ ਸਾਈਡ 'ਤੇ ਤੁਹਾਨੂੰ ਜ਼ਰੂਰਤ ਨਹੀਂ ਹੈ।
ਤੁਸੀਂ ਲਾਈਨਿੰਗ ਲਵਾਓਗੇ, ਮੇਰੀ ਸਲਾਹ ਹੈ ਮੈਨੂੰ ਲੱਗਦਾ ਆਫ ਵਾਈਟ ਦੀ ਲਾਈਨਿੰਗ ਦੇ ਨਾਲੇ ਹੋਰ ਵੀ ਆਫ ਵਾਈਟ ਲੱਗਣਗੇ ਜ਼ਿਆਦਾ, ਹੈ ਨਾ? ਅਤੇ ਥੱਲੇ ਇਹੀ ਕਲਰ ਦੀ ਲਾਈਨਿੰਗ ਲੱਗੂਗੀ ਤਾਂ ਨਹੀਂ ਤਾਂ ਗਾਜਰੀ ਵੀ ਸ਼ਾਇਦ ਵਧੀਆ ਲੱਗੂਗਾ। ਆ ਲਓ ਜੀ ਗਾਜਰੀ ਦੁਪੱਟਾ ਮਸਲੀਨ ਦਾ, ਬਹੁਤ ਪਿਆਰਾ ਕੱਪੜਾ ਲੱਗਿਆ ਹੋਇਆ ਹੈ ਦੁਪੱਟੇ ਵੀ, ਮਸਲੀਨ ਵੀ ਮਸਲੀਨ ਵੀ ਨਾ ਕੋਟਨ ਬੇਸ ਜਿਹਾ ਹੈਗਾ ਕੋਈ ਕੱਪੜੇ ਦਾ, ਬਹੁਤ ਹੀ ਪਿਆਰਾ ਜਿਹਾ। ਲਓ ਜੀ ਦੁਪੱਟਾ ਕੁੱਲਾ ਡੁੱਲਾ ਪੂਰਾ, ਲਓ ਜੀ ਠੀਕ ਹੈ। ਪ੍ਰਾਈਸ ਰੇਂਜ 2075 ਇੱਕ ਕਲਰ ਹੋਰ ਦੇਣਾ, ਕਲਰ ਸਾਰੇ ਇਹਨਾਂ ਦੇ ਮਤਲਬ ਵੀ ਕਲਰ ਨਹੀਂ ਹੈਗਾ, ਬਹੁਤ ਪਿਆਰੇ ਪਿਆਰੇ ਜਿਹੇ ਕਲਰ ਨੇ। ਇਹ ਆ ਤੁਹਾਡੇ ਲਈ ਗਰਮੀਆਂ ਦੇ ਬੁਟੀਕ ਪੀਸ, ਬਹੁਤ ਪਿਆਰੀ ਕਲਰ ਦਾ ਪ੍ਰਿੰਟ ਹੀ ਬਹੁਤ ਪਿਆਰਾ ਨੀਚੇ, ਜਿਹੜਾ ਗੰਗਾ ਦੇ ਵਾਲਾ ਪ੍ਰਿੰਟ ਕਾਫੀ ਫੇਮਸ ਹੈ, ਬਹੁਤ ਸਾਰੇ ਸੂਟਾਂ ਦੇ ਉੱਤੇ ਇਹ ਵਾਲਾ ਬੇਸ ਦਿੰਦੇ ਆ, ਇਹ ਪਲੇਨ ਦੇ ਵਿੱਚ ਵੀ ਆਉਂਦੇ ਨੇ ਮਤਲਬ ਬਿਨਾਂ ਵਰਕ ਤੋਂ ਵੀ ਆਹ ਵਾਲੇ ਪ੍ਰਿੰਟ ਦੇ ਵਿੱਚ ਆਉਂਦੇ ਨੇ ਸੂਟ ਇਹਨਾਂ ਦੇ, ਇਹ ਵਾਲਾ ਕਾਫੀ ਇਹਨਾਂ ਦਾ ਫੇਮਸ ਪ੍ਰਿੰਟ ਹੈ। ਲਓ ਜੀ ਇਹ ਲਓ ਦੁਪੱਟਾ ਪੋਲੂ ਪੋਲੂ ਵਧੀਆ ਖੂਬਸੂਰਤ ਖੁੱਲ੍ਹਾ ਡੁੱਲਾ ਦੁਪੱਟਾ, ਬਹੁਤ ਹੀ ਸੋਹਣਾ ਸੂਟ ਤਿਆਰ ਹੋਇਆ, ਬਹੁਤ ਹੀ ਪਿਆਰਾ ਯੂਨੀਕ ਜੀ ਚੀਜ਼ ਹੈ, ਇਹ ਅਲੱਗ ਕੰਸੈਪਟ ਹੈ ਬਿਲਕੁਲ ਪ੍ਰਿੰਟ ਤੋਂ ਹਟ ਕੇ ਡਿਫਰੈਂਟ ਬਿਲਕੁਲ। ਲਓ ਜੀ ਪ੍ਰਾਈਸ ਰੇਂਜ 2075 ਠੀਕ, ਚਾਰ ਕਲਰ ਦਿੱਤੇ ਤੁਹਾਨੂੰ, ਹੁਣ ਅਗਲੀ ਆਈਟਮ ਤੁਹਾਨੂੰ ਦਿਖਾਉਣੀ ਹੈ ਕਿਹੜੀ ਬ੍ਰਾਂਡ ਦੀ। ਲਓ ਜੀ 2.5 ਮੀਟਰ ਸ਼ਰਟ 3 ਮੀਟਰ ਸਲਵਾਰ, ਕਿਹੜੀ ਬ੍ਰਾਂਡ ਦਾ ਸੂਟ ਹੈ, ਪੂਰਾ ਸੋਲਿਡ ਹੈ ਕੱਪੜਾ ਠੀਕ ਹੈ, ਅਤੇ ਗਲੇਜ਼, ਹਾਂ ਗਲੇਜ਼ ਗਲੇਜ਼ ਦੇ ਉੱਤੇ, ਅਤੇ ਇਹਦੇ ਵਿੱਚ ਜਿਹੜਾ ਬਣਿਆ ਹੋਇਆ ਹੈ। ਲਓ ਜੀ ਫੋਇਲ ਪੇਂਟ ਦਾ ਟੱਚ ਹੈ ਪ੍ਰਿੰਟ ਦੇ ਵਿੱਚ, ਅਤੇ ਕੁੜਤਾ ਸਟਾਈਲ 'ਚ ਬਣ ਕੇ ਮੈਨੂੰ ਐਂ ਲੱਗਦਾ ਵੀ ਬਹੁਤ ਹੀ ਪਿਆਰਾ ਲੱਗੂਗਾ ਇਹ ਸੂਟ, ਬਹੁਤ ਹੀ ਪਿਆਰਾ ਲੱਗਣਾ। ਆਹ ਜਿਹੜੀ ਪੱਟੀ ਹੈ ਇਹ ਰਿਮੂਵੇਬਲ ਹੈ, ਤੁਸੀਂ ਥੋੜ੍ਹਾ ਬਹੁਤ ਇਹਨੂੰ ਉੱਪਰ ਨੀਚੇ ਆਪਣੀ ਹਾਈਟ ਦੇ ਹਿਸਾਬ ਨਾਲ ਕਰ ਸਕਦੇ ਹੋ, ਉਹਦੇ ਉੱਪਰ ਹੈਂਡ ਵਰਕ ਹੋਇਆ ਹੋਇਆ ਠੀਕ ਹੈ, ਬਹੁਤ ਪਿਆਰਾ ਜਿਹਾ, ਅਤੇ ਨੀਚੇ ਵੀ ਸੇਮ ਉਹੀ ਕੀਤੀ ਹੋਈ ਹੈ, ਅਤੇ ਇਹਦੇ ਨਾਲ ਤੁਹਾਨੂੰ ਸਲਵਾਰ ਮਿਲਣੀ ਹੈ ਇਹ ਵਾਲੇ ਰੰਗ ਦੀ, ਹਾਂਜੀ ਹੈ ਨਾ, ਅਤੇ ਬਹੁਤ ਪਿਆਰਾ ਜਿਹਾ ਸੂਟ ਤਿਆਰ ਹੋਇਆ ਹੋਇਆ, ਅਤੇ ਇਹਦੇ ਨਾਲ ਤੁਹਾਨੂੰ ਮਿਲਣਾ ਦੁਪੱਟਾ ਗ੍ਰੇਸ ਦੁਪੱਟੇ ਦੀ ਬਹੁਤ, ਹਾਂ ਦੁਪੱਟਾ ਬਹੁਤ ਪਿਆਰਾ ਸੀਕੁਐਂਸ ਵਰਕ ਵਾਲਾ ਦੁਪੱਟਾ ਹੈ, ਅਤੇ ਸ਼ਿਫੋਨ ਦਾ ਪਿਓਰ ਦਾ ਦੁਪੱਟਾ, ਅਤੇ ਉਹਦੇ ਉੱਪਰ ਸੀਕੁਐਂਸ ਵਰਕ, ਬਹੁਤ ਹੀ ਪਿਆਰਾ ਲੱਗਦਾ ਗਰਮੀਆਂ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਪਿਆਰੀਆਂ ਲੱਗਦੀਆਂ, ਸੁਭਣ ਚਬਣ ਵਾਲਾ ਬਿਲਕੁਲ ਨਹੀਂ, ਕੋਈ ਐਂ ਨਹੀਂ ਹੈਗਾ ਵੀ ਆਹ ਸੀਕੁਐਂਸ ਵਰਕ ਚੁੱਭਦਾ ਜਾਂ ਕੁਛ, ਬਹੁਤ ਬਰੀਕ ਸੀਕੁਐਂਸ ਵਰਕ ਹੈ, ਬਹੁਤ ਪਿਆਰਾ ਲੱਗ ਰਿਹਾ ਹੈ। ਹਾਂਜੀ ਲਾਈਟ ਨਾ ਆਉਣ ਕਰਕੇ ਤੁਹਾਨੂੰ ਇਹ ਓਨੀ ਚਮਕ ਦਿਖ ਨਹੀਂ ਰਹੀ ਜਿੰਨੀ ਇਹਦੀ ਐਕਚੁਅਲ 'ਚ ਹੈਗੀ ਹੈ, ਲਾਈਟ ਘੱਟ ਹੋਣ ਕਰਕੇ ਠੀਕ ਹੈ, ਕਲਰ ਤੁਸੀਂ ਆਲਮੋਸਟ ਠੀਕ ਦੇਖ ਰਹੇ ਹੋ, ਲਾਈਟ ਭਾਵੇਂ ਘੱਟ ਹੈ ਪਰ ਉਹ 'ਚ ਇਹ ਕਿ ਥੋੜ੍ਹੀ ਲਸਟਰ ਘੱਟ ਦਿਖਦੀ ਹੈ, ਕਲਰ ਤੁਹਾਨੂੰ ਠੀਕ ਆ ਰਹੀ ਹੈ, ਅਤੇ 2.5 ਮੀਟਰ ਦਾ ਦੁਪੱਟਾ ਖੁੱਲ੍ਹਾ ਡੁੱਲਾ। ਹਾਂਜੀ ਪ੍ਰਾਈਸ ਰੇਂਜ 1790 1790 ਰੁਪਏ ਦੇ ਵਿੱਚ ਇਹ ਸੂਟ ਤੁਹਾਡੇ ਘਰ ਪਹੁੰਚਣੇ, ਇਹ ਵਾਲੇ ਸੂਟ ਨੂੰ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ, ਕੁਛ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ, ਇਹ ਸੱਚ ਸੂਟ ਇਹ ਤੁਹਾਡਾ ਕੰਮ ਆ ਜਾਣਾ, ਕੋਈ ਲਾਈਨਿੰਗ ਨਹੀਂ, ਕੋਈ ਸੀ ਥਰੂ ਨਹੀਂ, ਕੁਛ ਵੀ ਨਹੀਂ, ਸਿੰਪਲ ਸੋਬਰ ਹੈ ਨਾ, ਅਤੇ ਬਹੁਤ ਪਿਆਰੀ ਜਿਹੀ ਲੁੱਕ ਦਾ ਗਰਲਿਸ਼ ਜਿਹੀ ਲੁੱਕ ਦਾ ਸੂਟ ਹੈ, ਬਾਕੀ ਪਾਉਣ ਨੂੰ ਤਾਂ ਆਪਾਂ ਸਾਰੇ ਪਾ ਸਕਦੇ ਨੇ ਐਸੀ ਗੱਲ ਨਹੀਂ, ਪਰ ਕਈ ਵਾਰੀ ਇਹਦਾ ਕਹਿੰਦਾ ਨਾ ਗਰਲਿਸ਼ ਲੁੱਕ ਇਹ ਜਿਹੀ, ਮੈਨੂੰ ਤਾਂ ਐਂ ਲੱਗਦਾ ਕਿ ਕੁੜੀਆਂ ਜਿਹੜੀਆਂ ਇਹੋ ਜਿਹੇ ਪਾਉਂਦੀਆਂ ਨੇ, ਆਹ ਗ੍ਰੇ ਕਲਰ ਦੀ ਇਹਦੇ ਨਾਲ ਸਲਵਾਰ ਹੋਊਗੀ 3 ਮੀਟਰ ਹੋਊਗਾ ਕੱਪੜਾ, ਅਤੇ ਨਾਲ ਤੁਹਾਨੂੰ ਮਿਲਣਾ ਇਹਦੇ ਇਹ ਦੁਪੱਟਾ ਖੁੱਲ੍ਹਾ ਡੁੱਲਾ 2.5 ਮੀਟਰ ਦਾ ਦੁਪੱਟਾ ਹੋਊਗਾ, ਅਤੇ ਆਹ ਬਰੀਕ ਸੀਕੁਐਂਸ ਬਹੁਤ ਹੀ ਸੋਹਣਾ ਲੱਗ, ਬਹੁਤ ਹੀ ਪਿਆਰਾ ਲੱਗ ਰਿਹਾ ਪਿਓਰ ਦਾ ਦੁਪੱਟਾ, ਪ੍ਰਾਈਸ ਰੇਂਜ 1790 1790 ਦੇ ਵਿੱਚ ਇਹ ਸੂਟ ਤੁਹਾਡੇ ਘਰ ਪਹੁੰਚ ਜਾਂਦੇ। ਅਗਲਾ ਕਲਰ ਬਲੈਕ, ਲਓ ਜੀ ਪੂਰਾ ਸੋਲਿਡ ਕੱਪੜਾ ਹੈ ਹੰਢਣ ਵਾਲਾ ਪੂਰਾ, ਲਓ ਜੀ ਗਲੇਸ ਕੋਟਨ, ਲਓ ਜੀ ਦੇਖੋ ਠੀਕ ਹੈ, ਆਹ ਹੈਂਡ ਵਰਕ ਹੋਇਆ ਵੀ ਹੈ ਸਾਰਾ, ਪੱਟੀ ਇਹ ਰਿਮੂਵੇਬਲ ਹੈ, ਥੋੜ੍ਹੀ ਬਹੁਤੀ ਗਾਂਹ ਪਛਾਂ ਕਰਨੀ ਪਵੇ ਤਾਂ ਕਰ ਸਕਦੇ ਹੋ ਤੁਸੀਂ ਠੀਕ ਹੈ, ਅਤੇ ਆਹ ਜਿਹੜਾ ਇਹਦਾ ਪ੍ਰਿੰਟਿੰਗ ਉਹ ਬਹੁਤ ਪਿਆਰੀ ਹੈ, ਡਿਫਰੈਂਟ ਜੀ ਪ੍ਰਿੰਟਿੰਗ ਹੈ ਬਿਲਕੁਲ ਹੀ ਫੁੱਲਾਂ ਫੁੱਲਾਂ ਤੋਂ ਹਟ ਕੇ, ਅਤੇ ਉਹਦੇ ਉੱਤੇ ਫੋਇਲ ਪੇਂਟ, ਇਹਦੇ ਵਿੱਚ ਨਾ ਕਿਤੇ ਕਿਤੇ ਫਾਲਸ ਮਿਰਰ ਵੀ ਹੈ, ਮੈਂ ਹੁਣ ਦੇਖਿਆ ਲਾ ਕੇ ਮੈਨੂੰ ਲੱਗਿਆ ਸੀ ਫੋਇਲ ਪੇਂਟ ਹੈਗੀ ਹੈ ਮਿਰਰ ਫਰੰਟ ਦੇ ਉੱਤੇ,
ਫਾਲਸ ਮਿਰਰ ਦਾ ਕੰਮ ਵੀ ਹੋਇਆ ਹੋਇਆ ਵਿੱਚ ਵਿੱਚ ਮਿਰਰ ਵਰਕ ਵੀ ਹੈਗਾ ਛੋਟਾ ਛੋਟਾ ਕਿਤੇ ਕਿਤੇ ਠੀਕ ਹੈ ਅਤੇ ਨਾਲ 3 ਮੀਟਰ ਦੀ ਬਲੈਕ ਸਲਵਾਰ ਅਤੇ ਇਹਦਾ ਦੁਪੱਟਾ ਲਓ ਜੀ ਹੁਣ ਹੁਣ ਦੇਖਿਓ ਤੁਸੀਂ ਇਹਦੇ 'ਤੇ ਦਿਖੂਗਾ ਹਾਂਜੀ ਹੁਣ ਦੇਖੋ ਇਸ 'ਤੇ ਆ ਗਿਆ ਹਾਂਜੀ ਹਾਂ ਆਹ ਦੁਪੱਟਾ ਮਿਲਣਾ ਤੁਹਾਨੂੰ ਨਾਲ ਇਹਦੇ ਖੁੱਲ੍ਹਾ ਡੁੱਲਾ ਪਿਓਰ ਦਾ ਦੁਪੱਟਾ ਹੈ ਬਹੁਤ ਪਿਆਰੀ ਲੁੱਕ ਦਾ ਸੂਟ ਤਿਆਰ ਹੋਣਾ ਬਹੁਤ ਹੀ ਪਿਆਰਾ ਠੀਕ ਹੈ ਐਨ ਹਨੇਰੀ ਰਾਤ ਜਿਵੇਂ ਤਾਰੇ ਖਿੜੇ ਹੋਣ ਐਂ ਲੱਗਦਾ ਹੈ ਲਸ਼ ਲਸ਼ ਕਰਦਾ ਹੈ ਇਹ ਪ੍ਰਾਈਸ ਰੇਂਜ 1790 1790 ਅਗਲਾ ਹੈ ਉਹ ਜੀ ਇਹ ਲਓ ਤੁਹਾਡੇ ਕੋਲ ਹਾਂ ਮਿਰਰ ਵਰਕ ਸਾਰਿਆਂ 'ਚ ਹੋਇਆ ਪਿਆ ਹੋਇਆ ਹੋਇਆ ਮਿਰਰ ਵਰਕ ਵੀ ਹੈਗਾ ਮਿਰਰ ਵਰਕ ਪਲੱਸ ਫੋਇਲ ਵਰਕ ਦਾ ਇਹ ਫੋਇਲ ਪ੍ਰਿੰਟ ਅਤੇ ਨਾਲ ਨੀਚੇ ਵੀ ਪੱਟੀ ਸਾਰਿਆਂ ਦੇ ਮਿਲੂਗੀ ਤੁਹਾਨੂੰ ਯਾਨੀ ਕਿ ਤੁਸੀਂ ਖਰਚਾ ਐਕਸਟਰਾ ਕੋਈ ਵੀ ਨਹੀਂ ਕਰਨਾ ਕੋਈ ਲਾਈਨਿੰਗ ਨਹੀਂ ਲਵਾਉਣੀ ਕੋਈ ਟੇਲਰ ਨੂੰ ਸਿਰਫ ਬਸ ਵੱਧ ਤੋਂ ਵੱਧ ਜੇ ਤੁਸੀਂ ਪਾਈਪਿੰਗ ਲਵਾਉਣੀ ਹੋਵੇ ਤੁਹਾਡੀ ਸਲਵਾਰ ਨਾਲ ਦੀ ਲਾ ਦੂਗਾ ਅਤੇ ਕਿਹੜੀ ਬ੍ਰਾਂਡ ਦਾ ਸੂਟ ਹੋਊਗਾ ਠੀਕ ਹੈ ਜੀ ਅਤੇ 3 ਮੀਟਰ ਇਹ ਕਲਰ ਸਲਵਾਰ 3 ਮੀਟਰ ਦੀ ਠੀਕ ਹੈ ਅਤੇ ਨਾਲ ਤੁਹਾਨੂੰ ਮਿਲਣਾ ਹੈ ਇਹ ਦੁਪੱਟਾ ਬਹੁਤ ਹੀ ਖੂਬਸੂਰਤ ਪਿਓਰ ਦਾ ਦੁਪੱਟਾ ਪ੍ਰਾਈਸ ਰੇਂਜ 1790 1790 ਦੇ ਵਿੱਚ ਇਹ ਸੂਟ ਤੁਹਾਡੇ ਘਰ ਪਹੁੰਚਣਾ ਹੈ ਐਕਸਟਰਾ ਸ਼ਿਪਿੰਗ ਤੁਸੀਂ ਇੰਡੀਆ 'ਚ ਕੋਈ ਨਹੀਂ ਦੇਣੀ ਅਤੇ COD ਤੋਂ ਇਲਾਵਾ ਕਿਸੇ ਵੀ ਮੈਥਡ ਦੇ ਨਾਲ ਤੁਸੀਂ ਪੇਮੈਂਟ ਕਰ ਸਕਦੇ ਸੋ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਡੀ ਅੱਜ ਦੀ ਇਹ ਕਲੈਕਸ਼ਨ ਪਸੰਦ ਆਈ ਹੋਊਗੀ ਜੇ ਤੁਸੀਂ ਸ਼ੋਪ 'ਤੇ ਆਉਣਾ ਚਾਹੁੰਦੇ ਹੋ ਸਾਡਾ ਐਡਰੈਸ ਹੈ ਕਲੀਅਰ ਕਲੋਥ ਹਾਊਸ ਜੌੜੀਆਂ ਸੜਕਾਂ ਨੇੜੇ ਢਿੱਲੋਂਹਨਵਰਡ ਚੀਕੇਵਾਲਾ ਮੋੜ ਪਟਿਆਲਾ ਹਾਂ ਸੰਡੇ ਸਾਡਾ ਆਫ ਹੁੰਦਾ ਹੈ ਸਾਡਾ ਟਾਈਮ ਹੈ 10 ਤੋਂ 5 ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਜ਼ਰੂਰ ਕਰ ਲੈਣਾ ਹੈ ਤੁਹਾਡੇ ਲਈ ਵੀ ਆਸਾਨ ਰਹੂਗਾ ਸਾਡੇ ਲਈ ਵੀ ਅਤੇ ਕਮੈਂਟਾਂ ਰਾਹੀਂ ਐਂ ਨਹੀਂ ਕਹਿਣਾ ਹੈਗਾ ਵੀ ਉਹੀ ਸੂਟ ਪਾਈ ਨੂੰ ਕਿੰਨੇ ਦਿਨ ਹੋ ਗਏ ਕਿਉਂਕਿ ਛੁੱਟੀ ਵਾਲੇ ਦਿਨ ਮੈਨੂੰ ਲਾਲਚ ਹੁੰਦਾ ਕਿ ਜਿੰਨੀ ਜਿੰਨਾ ਮੈਨੂੰ ਟਾਈਮ ਮਿਲੇ ਮੈਂ ਵੀਡੀਓ ਬਣਾ ਦਾਂ ਸੋ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਕਮੈਂਟਾਂ ਰਾਹੀਂ ਸਾਨੂੰ ਵੀ ਗਾਈਡ ਕਰਦੇ ਰਹਿਣਾ ਬਹੁਤ ਜਲਦ ਆਪਾਂ ਅਗਲੀ ਵੀਡੀਓ 'ਚ ਅਗਲਾ ਸੂਟ ਪਾ ਕੇ ਮਿਲਾਂਗੇ